ਡਾਕਟਰ ਨਰਿੰਦਰ ਸਿੰਘ ਕਪੂਰ ਦਾ ਲੇਖ ਤੁਹਾਡਾ ਖਤ ਨਹੀਂ ਆਇਆ। ਕਈ ਖਤ ਅਜੇ ਹੁੰਦੇ ਹਨ ਜਿਹੜੇ ਲੰਬੇ ਹਰਸੇ ਤੱਕ ਸਾਡੇ ਸਿਰ ਦਾ ਸਰਾਣਾ ਬਣੇ ਰਹਿੰਦੇ ਹਨ। ਕਈ ਖਤ ਮਾਵਾ ਵਰਗੇ ਹੁੰਦੇ ਹਨ, ਮਮਤਾ ਤੇ ਮੋਹ ਭਰੇ। ਕਈ ਖਤ ਪ੍ਰੇਮਕਾਵਾ ਵਰਗੇ ਹੁੰਦੇ ਹਨ, ਪਿਆਰ ਦੇ ਵਾਅਦੇ ਤੇ ਚੁੰਮਣਾਂ ਦੀ ਬੋਲੀ ਚ ਲਿਖੇ ਹੋਏ ਭਵਿੱਖ ਦੇ ਸੁਪਨੇ। ਕਈ ਖੱਤ ਭੈਣਾ ਵਰਗੇ ਹੁੰਦੇ ਹਨ ਜਿਹੜੇ ਵਿਸ਼ਵਾਸ ਤੇ ਮੋਹ ਭਰੇ ਮੁਹਾਵਰੇ ਵਿੱਚ ਸਾਨੂੰ ਆਪਣੇ ਫਰਜ਼ਾਂ ਦੀ ਯਾਦ ਕਰਵਾਉਂਦੇ ਸਾਡੀ ਸੁੱਖ ਮੰਗਦੇ ਹਨ ਕਈ ਖੱਤ ਦੋਸਤਾਂ ਵਰਗੇ ਹੁੰਦੇ ਹਨ ਜਿਨ੍ਹਾਂ ਨੂੰ ਪੜਨੋਂ ਉਪਰੰਤ ਆਪਣੀਆਂ ਮੁਸ਼ਕਲਾਂ ਮੁਸ਼ਕਲਾਂ ਪ੍ਰਤੀਤ ਨਹੀਂ ਹੁੰਦੀਆਂ ਕਈ ਖੱਤ ਵਿਰੋਧੀਆਂ ਤੇ ਦੁਸ਼ਮਣਾਂ ਵਰਗੇ ਹੁੰਦੇ ਹਨ ਆਰੀ ਨਾਲ ਲਿਖੇ ਹੋਏ ਤੇ ਚੋਬਾਂ ਨਾਲ ਭਰੇ ਹੋਏ ਕਹਿੰਦੇ ਹਨ ਕਿਸੇ ਵਸਤੇ ਰਸਤੇ ਘਰ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉੱਥੇ ਡਾਕੀ ਆਉਂਦਾ ਰਹਿੰਦਾ ਹੈ ਅਸੀਂ ਸਾਰਿਆਂ ਦਾ ਰੁੱਸਣਾ ਸਵੀਕਾਰ ਕਰ ਸਕਦੇ ਹਾਂ ਪਰ ਡਾਕੀਏ ਦਾ ਨਹੀਂ ਕਿਉਂਕਿ ਉਸ ਨਾਲ ਵਿਗਾੜ ਕੇ ਸੰਸਾਰ ਨਾਲ ਨਾਤਾ ਜੋੜੀ ਰੱਖਣਾ ਸੰਭਵ ਨਹੀਂ ਹੁੰਦਾ ਡਾਕੀਏ ਦੀ ਆਰਥਿਕ ਸਥਿਤੀ ਤਾਂ ਸਾਰੇ ਵਿਸ਼ਵ ਵਿੱਚ ਹੀ ਬੜੀ ਕਮਜ਼ੋਰ ਹੁੰਦੀ ਹੈ ਪਰ ਉਸ ਸਭ ਨਹੀਂ ਥਾਈ ਲੋਕਾਂ ਦੇ ਪਿਆਰ ਦਾ ਪਾਤਰ ਹੁੰਦਾ ਉਹ ਦੁੱਖ ਸੁੱਖ ਵੰਡਦਾ ਸਾਰੇ ਸਮਾਜ ਦੇ ਲੋਕਾਂ ਦੇ ਜੀਵਨ ਨੂੰ ਹਰਕਤ ਵਿੱਚ ਰੱਖਦਾ ਹੈ ਭਾਵੇਂ ਖੱਤ ਦੇ ਅਨੇਕਾਂ ਬਦਲ ਨਿਕਲ ਆਏ ਹਨ ਪਰ ਜੋ ਆਨੰਦ ਖੱਤ ਲਿਖਣ ਤੇ ਪ੍ਰਾਪਤ ਕਰਨ 'ਚ ਹੁੰਦਾ ਹੈ ਉਹ ਕਿਸੇ ਹੋ ਢੰਗ ਨਾਲ ਨਹੀਂ ਮਿਲਦਾ ਰੋਟੀ ਦੇ ਵੀ ਅਨੇਕਾਂ ਬਦਲ ਨਿਕਲ ਆਏ ਐ ਪਰ ਜਦ ਤੱਕ ਕਣਕ ਦੀ ਰੋਟੀ ਨਾ ਖਾਧੀ ਜਾਵੇ ਭੁੱਖ ਸ਼ਾਂਤ ਨਹੀਂ ਹੁੰਦੀ ਟੈਲੀਫੋਨ ਨੇ ਖਤ ਦੀ ਥਾਂ ਮੰਨ ਲਈ ਐ ਪਰ ਕੇਵਲ ਅਮੀਰ ਘਰਾਂ 'ਚ ਅਜੋਕੇ ਯੁੱਗ 'ਚ ਜੀਵਨ ਦੀਆਂ ਚਿੰਤਾਵਾਂ ਤੇ ਤਣਾਅ ਵਧਨ ਦਾ ਇੱਕ ਕਾਰਨ ਹੀ ਐ ਕਿ ਹੁਣ ਅਸੀਂ ਕਿਸੇ ਨੂੰ ਖਤ ਨਹੀਂ ਲਿਖਦੇ ਕੋਈ ਸਾਨੂੰ ਖਤ ਨਹੀਂ ਲਿਖਦਾ ਮਨੁੱਖੀ ਸਭਿਅਤਾ ਦਾ ਵਿਕਾਸ ਲਿਖਣ ਦੀ ਕਲਾ ਨਾਲ ਜੁੜਿਆ ਰਿਹਾ ਹੈ ਤੇ ਲਿਖਣ ਦੀ ਕਲਾ ਦਾ ਨਿੱਜੀ ਨਮੂਨਾ ਖਤ ਹੈ ਵਪਾਰ ਦਾ ਵਾਦ ਸਲਤਨਤਾਂ ਤੇ ਬਾਦਸ਼ਾਹੀਆਂ ਦੀ ਉਸਾਰੀ ਖਤਾਂ ਦੇ ਆਦਾਨ ਪ੍ਰਦਾਨ ਨਾਲ ਜੁੜੀ ਰਹੀ ਹੈ ਪੁਰਾਣੇ ਸ਼ਹਿਰ ਦਰਿਆਵਾਂ ਦੇ ਕਿਨਾਰੇ ਵਸੇ ਹੋਏ ਸੋ ਦਰਿਆਈ ਰਸਤਿਆਂ ਨੂੰ ਵਪਾਰ ਲਈ ਤੇ ਖਤਾਂ ਦੇ ਆਦਾਨ ਪ੍ਰਦਾਨ ਲਈ ਵਰਤਿਆ ਜਾਂਦਾ ਰਿਹਾ ਹੈ ਅੱਜ ਤੋਂ 4000 ਸਾਲ ਪਹਿਲਾਂ ਹਰਕਾਰੇ ਕਾਸਦ ਸੰਦੇਸ਼ ਵਾਹਕ ਦੂਤ ਏਲਚੀ ਯਾਦ ਰਾਹੀਂ ਖਤ ਭੇਜਣ ਦਾ ਰਿਵਾਜ ਪੈ ਗਿਆ ਸੀ ਖਤ ਭੇਜਣ ਲਈ ਕਬੂਤਰਾਂ ਦੀ ਵਰਤੋਂ ਬਹੁਤ ਲੰਮੇ ਅਰਸੇ ਤੋਂ ਅੱਜ ਤੱਕ ਵੀ ਕੀਤੀ ਜਾਂਦੀ ਹੈ ਤੇ ਲਗਭਗ ਹਰ ਸੱਭਿਆਚਾਰ 'ਚ ਇਸ ਸੰਦਰਭ ਵਿੱਚ ਕਬੂਤਰਾਂ ਸੰਬੰਧੀ ਕਈ ਲੋਕ ਗੀਤ ਪ੍ਰਚਲਿਤ ਹਨ ਇਰਾਨੀਆਂ ਨੇ ਅੱਜ ਤੋਂ 2500 ਸਾਲ ਪਹਿਲਾਂ ਡਾਕ ਦਾ ਸੁਨਿਸ਼ਚਿਤ ਪ੍ਰਬੰਧ ਕੀਤਾ ਹੋਇਆ ਸੀ ਤੇ ਘੋੜ ਸਵਾਰ ਦੂਰ ਦਰਾਜ ਤੱਕ ਖਤ ਲਿਆਉਣ ਲਿਜਾਣ ਦਾ ਕੰਮ ਕਰਦੇ ਸਨ ਰੋਮਨਾਂ ਨੇ ਇਸ ਵਿਵਸਥਾ ਨੂੰ ਹੋਰ ਸੁਧਾਰਿਆ ਰੋਮਨ ਸਭਤਾ ਦੇ ਯੂਰਪ ਵਿੱਚ ਵਿਸ਼ਾਲ ਪਰਭਾਵਾਂ ਦਾ ਇੱਕ ਕਾਰਨ ਇਹ ਸੀ ਕਿ ਉਹਨਾਂ ਨੇ ਭਾਸ਼ਣ ਯੋਗਤਾਵਾਂ ਖਤ ਲਿਖਣ ਯੋਗਤਾ ਨੂੰ ਆਪਣੇ ਵਿਦਿਅਕ ਸੰਸਥਾਵਾਂ 'ਚ ਇੱਕ ਵਿਸ਼ੇ ਵਜੋਂ ਪੜਾਉਣਾ ਤੇ ਸਿਖਾਉਣਾ ਆਰੰਭ ਕੀਤਾ ਸੀ। ਅਰਜੀ ਨਵੀਸੀ ਇਸ ਵਿਸ਼ੇ ਦੀ ਸਿੱਖਿਆ ਦਾ ਹੀ ਨਤੀਜਾ ਸੀ। ਪਿਛਲੇ 100 ਸਾਲਾਂ 'ਚ ਖਤ ਭੇਜਣ ਤੇ ਪ੍ਰਾਪਤ ਕਰਨ ਦੀਆਂ ਵਿਧੀਆਂ ਵਿੱਚ ਆਈ ਤਬਦੀਲੀ ਦਾ ਅਨੁਮਾਨ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 19ਵੀਂ ਸਦੀ ਦੇ ਅੰਤਲੇ ਦਹਾਕਿਆਂ 'ਚ ਇੰਗਲੈਂਡ ਤੋਂ ਭਾਰਤ ਵਿੱਚ ਚਿੱਠੀ ਪਹੁੰਚਣ ਵਿੱਚ 9 ਮਹੀਨੇ ਨਾਲੋਂ ਵੀ ਵੱਧ ਸਮਾਂ ਲੱਗਦਾ ਸੀ ਜਦਕਿ ਅਜੋਕੇ ਸਮੇਂ 'ਚ ਕੰਪਿਊਟਰ ਤੇ ਹੋਰ ਯੰਤਰਾਂ ਰਾਹੀਂ ਕੋਈ ਖੱਤਰ ਸੰਸਾਰ ਦੇ ਕਿਸੇ ਵੀ ਹਿੱਸੇ 'ਚ 1 ਸੈਕਿੰਡ 'ਚ ਪਹੁੰਚਾਇਆ ਜਾ ਸਕਦਾ ਹੈ ਖੱਤ ਲਿਖਣ ਦੀ ਕਲਾ ਨੇ ਨਾਵਲ ਦੇ ਜਨਮ 'ਚ ਉੱਗਾ ਰੋਲ ਅਦਾ ਕੀਤਾ 18ਵੀਂ ਸਦੀ 'ਚ ਜਦੋਂ ਇੰਗਲੈਂਡ 'ਚ ਸਨਤੀ ਇਨਕਲਾਬ ਆਇਆ ਤਾਂ ਸ਼ਹਿਰੀ ਮੱਧ ਸ਼੍ਰੇਣੀ ਹੋਂਦ ਚਾਈ ਉਸ ਸਮੇਂ ਖੱਤ ਨਵੀਸੀ ਨੂੰ ਕਈ ਲੋਕਾਂ ਨੇ ਇੱਕ ਧੰਦੇ ਵਜੋਂ ਬਣਾਇਆ ਜਿਹੜੇ ਮੱਧ ਸ਼੍ਰੇਣੀ ਨਾਲ ਸੰਬੰਧਿਤ ਜਵਾਨ ਪ੍ਰੇਮੀ ਪ੍ਰੇਮਕਾਵਾਂ ਦੀਆਂ ਪਿਆਰ ਭਾਵਨਾਵਾਂ ਨੂੰ ਸੋਹਣੇ ਰੰਗਦਾਰ ਕਾਗਜ਼ਾਂ ਉੱਤੇ ਸੋਹਣੀ ਲਿਖਾਈ 'ਚ ਲਿਖਦੇ ਸਨ ਕਈ ਵਾਰੀ ਹਾਸੋਹੀਣੀ ਗੱਲ ਇਹ ਹੁੰਦੀ ਸੀ ਕਿ ਪ੍ਰੇਮੀ ਤੇ ਪ੍ਰੇਮਿਕਾ ਦੋਹਾਂ ਦਾ ਖੱਤ ਨਵੀਸ ਇੱਕ ਹੀ ਵਿਅਕਤੀ ਹੁੰਦਾ ਸੀ ਜਿਹੜਾ ਦੋਹਾਂ ਧਿਰਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੋਣ ਕਾਰਨ ਲਿਖਵਾਏ ਜਾਣ ਵਾਲੇ ਖਤਾਂ 'ਚ ਬਹੁਤ ਕੁਝ ਆਪਣੇ ਕੋਲੋਂ ਵੀ ਲਿਖ ਦਿਆ ਕਰਦਾ ਸੀ ਇਹੀ ਖਤ ਨਵੀਸ ਮੁੱਢਲੇ ਨਾਵਲਕਾਰ ਬਣੇ ਤੇ ਅੰਗਰੇਜ਼ੀ ਦੇ ਮੁੱਢਲੇ ਨਾਵਲ ਪਾਮੇਲਾ ਸ਼ਾਮੇਲਾ ਆਦ ਖਤਾਂ ਦੇ ਹੀ ਸੰਗ੍ਰਹਿ ਹਨ अनेकां ਲੋਕ ਪੱਤਰ ਲਿਖਣ ਤੋਂ ਡਰਦੇ ਹਨ ਤੇ ਪੱਤਰ ਨਾ ਲਿਖਣ ਦੇ अनेका ਬਹਾਨੇ ਕੱਢਦੇ ਹਨ ਲਿਖਣ ਨਾਲ ਸਾਡਾ ਪੜਿਆ ਸਮਝਿਆ ਪਰਖਿਆ ਜਾਂਦਾ ਤੇ ਲੋਕਾਂ ਦੀ ਬਹੁ ਗਿਣਤੀ ਇਸ ਪਰਖ ਤੋਂ ਡਰਦੀ ਹੈ ਲੋਕਾਂ ਦੀ ਬਹੁ ਗਿਣਤੀ ਜਦੋਂ ਕੋਈ ਪੱਤਰ ਲਿਖਣ ਬੈਠਦੀ ਹੈ ਤੇ 5-7 ਮੁੱਢਲੇ ਰਵਾਇਤੀ ਵਾਕਾਂ ਤੋਂ ਅੱਗੇ ਨਹੀਂ ਚੱਲਦੀ ਹੁਣ ਸਭ ਕੁਝ ਬਣਿਆ ਬਣਾਇਆ ਲਿਖਿਆ ਲਿਖਾਇਆ ਫੋਟੋਕਾਪੀ ਕੀਤਾ ਮਿਲ ਜਾਣਕਾਰਨ ਲਿਖਣ ਦਾ ਅਭਿਆਸ ਹੀ ਘਟ ਗਿਆ ਹੈ ਇਮਤਿਹਾਨਾਂ 'ਚ ਨਕਲ ਇਮਤਿਹਾਨ ਦੇਣ ਤੋਂ ਇਨਕਾਰ ਜਾਂ ਇਮਤਿਹਾਨ ਮੁਲਤਵੀ ਕਰਾਉਣ ਦੀ ਮੰਗ ਆਦ ਅਸਲ 'ਚ ਲਿਖ ਸਕਣ ਦੀ ਦਿਨੋ-ਦਿਨ ਘਟ ਰਹੀ ਯੋਗਤਾ ਦੇ ਵੱਖ-ਵੱਖ ਰੂਪਾਂ 'ਚ ਪ੍ਰਗਟਾਵੇ ਹਨ ਅਜੋਕਾ ਮਨੁੱਖ ਲਿਖਣ ਤੋਂ ਇਸ ਹੱਦ ਤੱਕ ਡਰਨ ਲੱਗ ਪਿਆ ਹੈ ਕਿ ਕਿਸੇ ਦੇ ਖੱਤ ਦਾ ਜਵਾਬ ਨਹੀਂ ਦਿੰਦਾ ਮਿਲਣ ਲਈ ਆ ਪਹੁੰਚਦਾ ਅਸੀਂ ਲਿਖਣ ਤੋਂ ਇਸ ਲਈ ਡਰਦੇ ਹਾਂ ਕਿਉਂਕਿ ਲਿਖਨ ਰਹੀਂ ਸਾਡਾ ਅੰਦਰਲਾ ਖੋਖਲਾਪਨ ਪ੍ਰਗਟ ਹੋ ਜਾਏਗਾ। ਪ੍ਰੇਮ ਪੱਤਰ અત્યੰਤ ਨਿੱਜੀ ਕਿਸਮ ਦਾ ਖੱਤ ਹੁੰਦਾ ਜਿਹਨੂੰ ਪੜਨ ਉਪਰੰਤ ਜਾਂ ਤਾਂ ਪਾੜ ਦਿੱਤਾ ਜਾਂਦਾ ਹੈ ਜਾਂ ਸੰਭਾਲ ਕੇ ਛੁਪਾ ਦਿੱਤਾ ਜਾਂਦਾ ਹੈ। ਹੁਣ ਤਾਂ ਹਰ ਪ੍ਰੇਮ ਪੱਤਰ 'ਚ ਲਗਭਗ 95% ਵਿਸ਼ੇਸ਼ਣ ਤੇ ਵਾਕ ਲਗਭਗ ਇੱਕੋ ਪ੍ਰਕਾਰ ਦੇ ਹੁੰਦੇ ਆ ਪਰ ਕਿਉਂਕਿ ਸਭ ਕੁਝ ਸਜਰਾ ਤੇ ਨਵਾਂ ਹੁੰਦਾ ਇਸ ਲਈ ਬੜਾ ਚੰਗਾ ਲੱਗਦਾ ਹੈ। ਤੁਹਾਨੂੰ ਅਜਿਹੇ ਵਿਅਕਤੀ ਤਾਂ ਮਿਲ ਜਾਣਗੇ ਜਿਨ੍ਹਾਂ ਦਾ ਕਿਸੇ ਨਾਲ ਵੀ ਪਿਆਰ ਨਾ ਹੋਇਆ ਹੋਵੇ ਪਰ ਅਜਿਹਾ ਵਿਅਕਤੀ ਨਹੀਂ ਮਿਲੇਗਾ ਜਿਸ ਦਾ ਕੇਵਲ ਇੱਕ ਪਿਆਰ ਹੋਇਆ ਹੋਵੇ। ਇਵੇਂ ਹੀ ਅਜਿਹਾ ਵਿਅਕਤੀ ਮਿਲ ਜਾਏਗਾ ਜਿਨੇ ਕਦੀ ਵੀ ਪ੍ਰੇਮ ਪੱਤਰ ਨਾ ਲਿਖਿਆ ਹੋਵੇ ਪਰ ਅਜਿਹਾ ਵਿਅਕਤੀ ਨਹੀਂ ਮਿਲੇਗਾ ਜਿਨੇ ਕੇਵਲ ਇੱਕ ਪ੍ਰੇਮ ਪੱਤਰ ਲਿਖਿਆ ਹੋਵੇ। ਸੰਸਾਰ ਦੇ ਮਹਾਨ ਤੇ ਯਾਦਗਾਰੀ ਪ੍ਰੇਮ ਪੱਤਰ ਸੋਹਣੀਆਂ ਤੇ ਮਹਾਨ ਇਸਤਰੀਆਂ ਨੂੰ ਹੀ ਲਿਖੇ ਗਏ ਹਨ। ਪ੍ਰੇਮ ਪੱਤਰ ਉਹਨੇ ਡਾਕ ਰਾਹੀਂ ਨਹੀਂ ਭੇਜੇ ਜਾਂਦੇ ਜਿਨੇ ਹੋਰ ਟੰਗਾ ਨਾਲ ਭੇਜੇ ਪਹੁੰਚਵਾਏ ਜਾਂਦੇ ਹਨ। ਹਰੇਕ ਪ੍ਰੇਮੀ ਪ੍ਰੇਮਿਕਾ ਪ੍ਰੇਮ ਪੱਤਰਾਂ ਦੇ ਆਦਾਨ ਪ੍ਰਦਾਨ ਲਈ ਕੋਈ ਨਵਾਂ ਨਿਰਾਲਾ ਢੰਗ ਕੱਢਦੇ ਹਨ ਯਰਪ ਵਿੱਚ 14 ਫਰਵਰੀ ਦਾ ਦਿਨ ਪ੍ਰੇਮ ਪੱਤਰ ਲਿਖਣ ਲਈ ਸਭ ਸ਼ੁਭ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ ਇਸ ਦਿਨ ਕੋਈ ਵੀ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਖੁੱਲੇ-ਆਮ ਖੱਤ ਲਿਖ ਸਕਦਾ ਹੈ ਅਤੇ ਆਪਣੇ ਪਿਆਰ ਦਾ ਐਲਾਨ ਕਰ ਸਕਦਾ ਹੈ ਇਸ ਕਹਿੰਦੇ ਹਨ ਜੇ ਖੱਤ ਲਿਖਣ ਦਾ سلسلہ ਜਾਰੀ ਰਹੇ ਤਾਂ ਪ੍ਰੇਮੀਆਂ ਚ ਕੋਈ ਗਲਤ ਫਹਮੀ ਨਹੀਂ ਉਪਜਦੀ। ਪ੍ਰੇਮੀਆਂ ਦੇ ਖਤਾਂ ਚੋਂ ਹੌਕੇ ਸੁਣਾਈ ਦਿੰਦੇ ਆ ਤੇ ਹਾਸੀ ਗੂੰਜਦੀ ਹੈ। ਕੋਈ ਪੱਤਰ ਕਿੰਨੀ ਗੰਭੀਰਤਾ ਨਾਲ ਪੜਿਆ ਜਾਏਗਾ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਹ ਲਿਖਿਆ ਕਿੰਨੀ ਗੰਭੀਰਤਾ ਨਾਲ ਗਿਆ ਹੈ। ਦੂਰ ਬੈਠੇ ਪ੍ਰੇਮੀ ਜਾਂ ਦੋਸਤ ਨੂੰ ਸੰਖੇਪ ਖਤ ਲਿਖਣਾ ਉਹਦੀ ਬੇਇੱਜ਼ਤੀ ਕਰਨ ਬਰਾਬਰ ਹੁੰਦਾ ਹੈ। ਲੰਮਾ ਖਤ ਲਿਖ ਕੇ ਦੂਜੀ ਧਿਰ ਨੂੰ ਇਹ ਵਿਸ਼ਵਾਸ ਦੁਆਇਆ ਜਾਂਦਾ ਹੈ ਕਿ ਤੇਰੇ ਲਈ ਮੇਰਾ ਸਭ ਕੁਝ ਹਾਜ਼ਰ ਹੈ। ਜਦੋਂ ਆਪਣੇ ਪਿਆਰੇ ਨੂੰ ਖੱਤ ਲਿਖੇ ਤਾਂ ਬੜੀਆਂ ਗੱਲਾਂ ਔੜਦੀਆਂ ਹਨ ਤੇ ਲਿਖਣ ਵਾਲੀਆਂ ਗੱਲਾਂ ਮੁੱਕਦੀਆਂ ਹੀ ਨਹੀਂ ਰੁੱਝੇਵਿਆਂ ਭਰੇ ਅਜੋਕੇ ਜੀਵਨ 'ਚ ਕਿਸੇ ਲਈ ਵਕਤ ਕੱਢਣਾ ਮੁਸ਼ਕਿਲ ਹੋ ਗਿਆ ਹੈ ਪਰ ਲੰਮਾ ਖਾਤੇ ਇਸ ਗੱਲ ਦੀ ਗਵਾਹੀ ਹੁੰਦਾ ਹੈ ਕਿ ਤੇਰੇ ਲਈ ਸਭ ਤੋਂ ਵੱਧ ਕੀਮਤੀ ਤੋਹਫਾ ਮੇਰਾ ਵਕਤ ਹਾਜ਼ਰ ਹੈ ਸਾਹਿਤਿਕ ਰਚਨਾਵਾਂ ਵਿਸ਼ੇਸ਼ ਕਰਕੇ ਕਵਿਤਾਵਾਂ ਅਸਲ 'ਚ ਸਾਹਿਤਕਾਰ ਵੱਲੋਂ ਆਪਣੀ ਪ੍ਰੇਮਿਕਾ ਨੂੰ ਜਾਂ ਆਪਣੇ ਪ੍ਰੇਮੀ ਨੂੰ ਲਿਖੇ ਖੱਤ ਹੁੰਦੇ ਹਨ ਭਾਵੇਂ ਕਿਸੇ ਰਚਨਾ ਨੂੰ ਲੱਖਾਂ ਪਾਠਕ ਪੜ੍ਹਦੇ ਹਨ ਪਰ ਇਹਦੇ ਗੁੱਝੇ ਅਰਥਾਂ ਨੂੰ ਲੇਖਕ ਦੀ ਪ੍ਰੇਮਿਕਾ ਹੀ ਸਮਝਦੀ ਹੁੰਦੀ ਹੈ ਅਰਦਾਸ ਆਤਮਾ ਵੱਲੋਂ ਪਰਮਾਤਮਾ ਨੂੰ ਬੋਲਿਆ ਖੱਤ ਹੁੰਦੀ ਹੈ ਜਿਹੜੇ ਸਾਡੇ ਸੰਕਟ ਵਿੱਚ ਸਾਨੂੰ ਹਮਦਰਦੀ ਦਾ ਖੱਤ ਲਿਖਦਾ ਹੈ ਉਹ ਸਦਾ ਲਈ ਸਾਡੇ ਦਿਲ 'ਚ ਵਸ ਜਾਂਦਾ ਹੈ ਕਹਿੰਦੇ ਹਨ ਹਰ ਦੁੱਖ ਬਰਦਾਸ਼ਤ ਕਰਨ ਯੋਗ ਹੈ ਸ਼ਰਤ ਇਹ ਹੈ ਕਿ ਉਸ ਦੁੱਖ ਨੂੰ ਖੱਤ ਵਿੱਚ ਪ੍ਰਗਟਾਇਆ ਜਾ ਸਕਦਾ ਹੋਵੇ ਖਤ ਸਾਡੇ ਲਈ ਖਤ ਸਦਾ ਆਪਣੇ ਅਨੁਭਵ ਦੇ ਆਧਾਰ ਤੇ ਲਿਖਣਾ ਚਾਹੀਦਾ ਹੈ ਚੋਰੀ ਕੀਤੇ ਮੁਹਾਵਰੇ ਵਾਕ ਤੇ ਵਾਕ ਟੁਕਾਂਦ ਲਿਖਣਾ ਇੰਜ ਹੈ ਜਿਵੇਂ ਅਸੀਂ ਆਪਣੇ ਪਿਆਰੇ ਨੂੰ ਝੂਠ ਪਰੋਸ ਕੇ ਪੇਸ਼ ਕਰ ਰਹੇ ਹੋਈਏ ਖਤ ਕਲਮ ਨਾਲ ਲਿਖਣਾ ਚਾਹੀਦਾ ਹੈ ਟਾਈਪ ਨਹੀਂ ਕਰਨਾ ਚਾਹੀਦਾ ਟਾਈਪ ਕੀਤਾ ਖਤ ਇੰਜ ਹੁੰਦਾ ਜਿਵੇਂ ਦਸਤਾਨੇ ਪਾ ਕੇ ਕਿਸੇ ਨਾਲ ਹੱਥ ਮਿਲਾ ਰਹੇ ਹੋਈਏ ਜਾਂ ਕੱਪੜੇ ਪਾ ਕੇ ਇਸ਼ਨਾਨ ਕਰ ਰਹੇ ਹੋਈਏ ਕਹਿੰਦੇ ਹਨ ਜਾਂ ਖੁੱਲ ਕੇ ਖਤ ਲਿਖੋ ਜਾਂ ਚੁੱਪ ਰਹੋ ਪਿਆਰੇ ਨੂੰ ਲਿਖੇ ਖੱਤ ਵਿੱਚ ਅੰਦਰਲਾ ਨਿਗ ਹੁੰਦਾ ਤੇ ਪਹਿਲੀ ਹੱਥ ਕੁੱਟਣੀ ਤੋਂ ਉਪਜੀ ਚਰਨਾਟ ਹੁੰਦੀ ਹੈ ਕਈ ਇਹ ਵੀ ਕਹਿੰਦੇ ਆ ਕਿ ਸਮੇਂ ਨੂੰ ਸਕਾਰਤ ਕਰਨ ਦਾ ਸਭ ਤੋਂ ਵਧੀਆ ਢੰਗ ਆਪਣੇ ਪਿਆਰਿਆਂ ਨੂੰ ਖੱਤ ਲਿਖਣਾ ਹੁੰਦਾ ਇੱਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਲਿਖਿਆ ਤੂੰ ਲਿਖਿਆ ਕਿ ਤੇਰੇ ਕੋਲ ਮੈਨੂੰ ਲਿਖਣ ਲਈ ਕੁਝ ਵੀ ਨਹੀਂ ਪਿਆਰੀ ਮੇਰੀ ਬੇਨਤੀ ਹੈ ਕਿ ਇਸੇ ਗੱਲ ਨੂੰ ਤੂੰ ਵਿਸਥਾਰ ਚ ਲਿਖ ਦੇ ਇੱਕ ਹੋਰ ਨੇ ਲਿਖਿਆ ਤੂੰ ਹੈਰਾਨ ਹੋਵੇਂਗੀ ਕਿ ਤੇਰੇ ਤੋਂ ਦੂਰ ਬੱਠਾ ਮੈਂ ਅਜੇ ਤੱਕ ਜ਼ਿੰਦਾ ਕਿਉਂ ਆ ਮੇਰੇ ਜ਼ਿੰਦਾ ਹੋਣ ਦਾ ਕਾਰਨ ਇਹ ਹੈ ਕਿ ਮੈਂ ਦੂਰ ਬੈਠਾ ਹਰ ਵੇਲੇ ਤੇਰੇ ਖੱਤ ਦੀ ਉਡੀਕ ਚ ਰਹਿੰਦਾ ਹਾਂ ਖੱਤ ਨੀਰਸ ਤੇ ਨਿਰਾਸ਼ ਜੀਵਨ ਚ ਸਵਾਦ ਭਰ ਦਿੰਦੇ ਐ ਇਹ ਉਦਾਸੇ ਦਿਨਾਂ ਦੀ ਰੌਣਕ ਬਣ ਜਾਂਦੇ ਐ ਕਹਿੰਦੇ ਹਨ ਕਿ ਦੋਸਤੀ ਦਾ ਆਧਾਰ ਪਿਆਰ ਹੈ ਪਰ ਪਿਆਰ ਦਾ ਆਧਾਰ ਮੂਹ ਪਿਆਰ ਸਨੇਹ ਤੇ ਆਪਣਤ ਨਾਲ ਲਿਖੇ ਖੱਤ ਹੁੰਦੇ ਹਨ ਜਿਨ੍ਹਾਂ ਨੇ ਪਿਆਰ ਕੀਤਾ ਪਰ ਖੱਤ ਨਹੀਂ ਲਿਖੇ ਉਹਨਾਂ ਦਾ ਹਾਲ ਉਵੇਂ ਹੀ ਹੈ ਕਿ ਉਹ ਮਿਲੇ ਤਾਂ ਹਨ ਪਰ ਕੋਈ ਗੱਲਬਾਤ ਨਹੀਂ ਹੋਈ ਉਹ ਬੇੜੀ 'ਚ ਸਵਾਰ ਤਾਂ ਹੋਏ ਹਨ ਪਰ ਚੱਪੂ ਨਹੀਂ ਚਲਾਏ ਵਿਥਵਨ ਵਿਸ਼ਵ ਪ੍ਰਸਿੱਧ ਸੰਗੀਤਕਾਰ ਹੋਇਆ ਪਰ ਉਹ ਬੋਲਾ ਸੀ ਉਹਦੀ ਪ੍ਰੇਮਿਕਾ ਨਹੀਂ ਸੀ ਇੱਕ ਰਾਤ ਨੂੰ ਪੂਰणिमा ਦੇ ਚੰਦ ਦੀ ਖੂਬਸੂਰਤੀ ਦਾ ਆਪਣੇ ਪ੍ਰੇਮਿਕਾ ਸਾਹਮਣੇ ਬਿਆਨ ਕਰਨਾ ਚਾਹੁੰਦਾ ਸੀ ਉਹਨੇ ਆਪਣੇ ਸੰਗੀਤ ਨਾਲ ਆਪਣੀ ਪ੍ਰੇਮਿਕਾ ਨੂੰ ਦੱਸਿਆ ਕਿ ਚੰਦਰਮਾ ਕਿੰਨਾ ਖੂਬਸੂਰਤ ਹੈ ਕਹਿੰਦਾ ਪਾਵ ਹੈ ਕਿ ਖਤ ਕੇਵਲ ਕਾਗਜ਼ ਉਤੇ ਕਲਮ ਨਾਲ ਹੀ ਨਹੀਂ ਲਿਖੇ ਜਾਂਦੇ ਕਿਸੇ ਵੀ ਢੰਗ ਨਾਲ ਲਿਖਿਆ ਜਾ ਸਕਦੀ ਹੈ ਪ੍ਰੇਮਿਕਾ ਵੱਲੋਂ ਪ੍ਰੇਮੀ ਨੂੰ ਦਿੱਤਾ ਤੋਹਫਾ ਵੀ ਇੱਕ ਖੱਤ ਹੀ ਹੁੰਦਾ ਹੈ ਕਹਿੰਦੇ ਹਨ ਜੇ ਖੱਤ ਅੱਧੀ ਰਾਤ ਨੂੰ ਲਿਖਿਆ ਗਿਆ ਹੋਵੇ ਤਾਂ ਉਹ ਅੱਧੀ ਰਾਤ ਨੂੰ ਹੀ ਪੜਿਆ ਜਾਣਾ ਚਾਹੀਦਾ ਹੈ ਖੱਤ ਕੇਵਲ ਸ਼ਬਦ ਹੀ ਨਹੀਂ ਹੁੰਦੇ ਆਪਣੇ ਨਾਲ ਉਹ ਸਾਡੀ ਸ਼ਖਸੀਅਤ ਤੇ ਸਭਿਆਚਾਰਕ ਵਾਤਾਵਰਨ ਵੀ ਚੁੱਕ ਕੇ ਫਿਰਦੇ ਹੈ ਖੱਤ ਵਿੱਚਲਾ ਸ਼ਬਦ ਖੱਤ ਵਿੱਚਲੇ ਸ਼ਬਦ ਜੇ ਲੋੜਿੰਦਾ ਵਾਤਾਵਰਨ ਨਹੀਂ ਉਸਾਰਦਾ ਤਾਂ ਅਧੂਰੇ ਸ਼ਬਦੀ ਹੈ ਖਤ ਕਿਵੇਂ ਤੋਂ ਲਿਖਵਾਉਣਾ ਨਹੀਂ ਹੁੰਦਾ ਸਦਾ ਆਪ ਲਿਖਣਾ ਚਾਹੀਦਾ ਹੈ ਉਦਾਹਰਨ ਵਜੋਂ ਜਦੋਂ ਕੋਈ ਮਾਂ ਆਪਣੀ ਇਕਲੌਤੀ ਸੰਤਾਨ ਨੂੰ ਖਤ ਲਿਖਦੀ ਹੈ ਤਾਂ ਭਾਵੇਂ ਚੌਥੀ ਪਾਸ ਹੀ ਹੋਵੇ ਉਹ ਵੱਡੇ ਤੋਂ ਵੱਡੇ ਵਿਦਵਾਨ ਨਾਲੋਂ ਵੀ ਨਿੱਗਾ ਪਿਆਰਾ ਮੋਹ ਭਰਿਆ ਤੇ ਚੰਗੇਰਾ ਖਤ ਲਿਖੇਗੀ ਘਰੋਂ ਦੂਰ ਗਏ ਵਿਅਕਤੀ ਨੂੰ ਤੁਹਾਡੇ ਖਤ ਦੀ ਵਧੇਰੇ ਉਡੀਕ ਹੁੰਦੀ ਹੈ ਜੇ ਤੁਸੀਂ ਉਹਦੀ ਮਦਦ ਕਰਨਾ ਚਾਹੁੰਦੇ ਹੋ ਤੁਹਾਨੂੰ ਪਿਆਰ ਸਨੇਹ ਤੇ ਚੜ੍ਹਦੀ ਕਲਾ ਦਾ ਇੱਕ ਲੰਮਾ ਖਤ ਲਿਖੋ ਦੁੱਖ ਇਸ ਗੱਲ ਦਾ ਹੈ ਕਿ ਅਸੀਂ ਸਾਰੇ ਖਤ ਪ੍ਰਾਪਤ ਤਾਂ ਕਰਨਾ ਚਾਹੁੰਦੇ ਆ ਪਰ ਲਿਖਣ ਲਈ ਕੋਈ ਤਿਆਰ ਨਹੀਂ ਹੁੰਦਾ ਜਿਵੇਂ ਹਰ ਕੋਈ ਸਵਰਗ ਤਾਂ ਜਾਣਾ ਚਾਹੁੰਦਾ ਮਰਨ ਲਈ ਕੋਈ ਤਿਆਰ ਨਹੀਂ ਹੁੰਦਾ ਵਿਛੋੜੇ ਨੂੰ ਭਰਨ ਦਾ ਸਭ ਤੋਂ ਸੌਖਾ ਚੰਗਾ ਤਰੀਕਾ ਖਤ ਲਿਖਣਾ ਹੈ ਖਤ ਲਿਖਣ ਨਾਲ ਸਾਡਾ ਮਾਨਸਿਕ ਵਿਕਾਸ ਤਾਂ ਹੁੰਦਾ ਹੀ ਹੈ ਇਸ ਨਾਲ ਜੀਵਨ ਦੇ ਅਰਥ ਵੀ ਡੂੰਘੇ ਤੇ ਵਿਸ਼ਾਲ ਹੁੰਦੇ ਆ ਸਾਡੀ ਵੱਖਰੀ ਹੋਣ ਤੇ ਪਛਾਣ ਵੀ ਸਥਾਪਿਤ ਹੁੰਦੀ ਹੈ ਗੱਲਬਾਤ ਕਰਦੇ ਆ ਸਾਡੇ ਤੋਂ अनेਕਾਂ ਗਲਤੀਆਂ ਹੋ ਸਕਦੀਆਂ ਪਰ ਲਿਖਣ ਸਮੇ ਅਕਸਰ ਜਿਆ ਨਹੀਂ ਹੁੰਦਾ ਸਾਨੂੰ ਇਸ ਗੱਲ ਦੀ ਤਸੱਲੀ ਹੁੰਦੀ ਹੈ ਕਿ ਮੈਂ ਜੋ ਕੁਝ ਜਿਵੇਂ ਕਹਿਣਾ ਚਾਹਿਆ ਅਸੀਂ ਲਿਖ ਦਿੱਤਾ ਹੈ ਭਾਵੇਂ ਲਿਖਣ ਕਹਿਣ ਵਾਸਤੇ ਬਹੁਤੀਆਂ ਚੰਗੀਆਂ ਚੀਜ਼ਾਂ ਜਾਂ ਗੱਲਾਂ ਨਾ ਹੋਣ ਪਰ ਉਹਨਾਂ ਨੂੰ ਨਿਸ਼ਚੈ ਚੰਗੇ ਢੰਗ ਨਾਲ ਕਿਹਾ ਜਾ ਸਕਦਾ ਹੈ ਸਾਨੂੰ ਕੋਈ ਪੁਸਤਕ ਸਮਝ ਹੀ ਤਾਂ ਹੁੰਦੀ ਹੈ ਜਦੋਂ ਅਸੀਂ ਉਸ ਨੂੰ ਪੜ੍ਹਾਉਂਦੇ ਆ ਜਾਂ ਉਸ ਬਾਰੇ ਖਤ ਲਿਖਦੇ ਆ ਕਿਸੇ ਮਿੱਤਰ ਪਿਆਰੇ ਨੂੰ ਖਤ ਲਿਖ ਵੇਖੋ ਤੁਹਾਨੂੰ ਸਵੈ ਪ੍ਰਗਟਾਵੇ ਦੀਆਂ ਨਵੀਆਂ ਸ਼ਕਤੀਆਂ ਦਾ ਗਿਆਨ ਹੋਏਗਾ ਤੇ ਲਿਖਣਾ ਚੰਗਾ ਚੰਗਾ ਲੱਗੇਗਾ ਜੇ ਹੋਰ ਕਿਸੇ ਨੂੰ ਵੀ ਨਹੀਂ ਲਿਖਿਆ ਜਾ ਸਕਦਾ ਤਾਂ ਆਪਣੀ ਮਾਂ ਨੂੰ ਇੱਕ ਲੰਮਾ ਖਤ ਲਿਖੋ ਉਸ ਨਾਲੋਂ ਵਧੇਰੇ ਮੂਹ ਨਾਲ ਤੁਹਾਡਾ ਖਤ ਕੋਈ ਨਹੀਂ ਪੜਦਾ ਖਤ ਸਾਡੇ ਡਰ ਦੂਰ ਕਰਦੇ ਹਨ ਇਹ ਵਿੱਥਾਂ ਮੇਲਦੇ ਹਨ ਇਹ ਮਨਾਂ ਨੂੰ ਮਨਾਂ ਨਾਲ ਮਿਲਾਉਂਦੇ ਹਨ ਕਹਿੰਦੇ ਹਨ ਕਿ ਹਰ ਵੀ ਵਿਅਕਤੀ ਕਿਸੇ ਮਿੱਤਰ ਪਿਆਰੇ ਨੂੰ ਮਹੀਨੇ 'ਚ ਜਈ ਇੱਕ ਖੱਤ ਵੀ ਲਿਖੇ ਤਾਂ ਤੀਜਾ ਵਿਸ਼ੂ ਯੁੱਧ ਟਾਲਿਆ ਜਾ ਸਕਦਾ ਹੈ। ਦੋਸਤੀ ਤੇ ਪਿਆਰ ਵਿੱਚ ਇਸ ਕਰਕੇ ਫਿੱਕੇ ਪੈ ਰਹੇ ਹੈ। ਦੋਸਤੀ ਤੇ ਪਿਆਰ ਇਸੇ ਕਰਕੇ ਫਿੱਕੇ ਪੈ ਰਹੇ ਹੈ ਕਿਉਂਕਿ ਅਸੀਂ ਖੱਤ ਨਹੀਂ ਲਿਖਦੇ। ਖਤੋ ਕੁੰਜੀਆਂ ਹਨ ਜਿਹੜੀਆਂ ਦਿਲ ਤੇ ਲੱਗੇ ਜਿੰਦਰੇ ਖੋਲਦੀਆਂ ਹਨ। ਅਸੀਂ ਪਿਆਰੇ ਦੇ 100-100 ਮੀਲ ਲੰਮੇ ਚੁੰਮਨ ਲੈਣ ਦੀ ਇਬਲਾਸ਼ਾ ਤਾਂ ਕਰਦੇ ਹਾਂ। ਹਰ ਹੱਥ ਜਿੰਨੇ ਲੰਮੇ ਦੂਖਾਤ ਵੀ ਨਹੀਂ ਲਿਖ ਸਕਦੇ ਕੋਈ ਕਿੰਨਾ ਵੀ ਰੁੱਝਿਆ ਕਿਉਂ ਨਾ ਹੋਵੇ ਇਹ ਨਹੀਂ ਹੋ ਸਕਦਾ ਵੀ ਉਸ ਕੋਲ ਤੁਹਾਡਾ ਖੱਤ ਪੜਨ ਦਾ ਵਕਤ ਨਾ ਹੋਵੇ ਜਿਸ ਖੱਤ ਵਿੱਚ ਮੁੱਲਵਾਨ ਤੇ ਦਿਲਚਸਪ ਵੇਰਵੇ ਹੋਣ ਤੇ ਜਵਾਬ ਦੇਣ ਯੋਗ ਕੁਝ ਹੋਵੇ ਉਸ ਖੱਤ ਦਾ ਜਵਾਬ ਅਵਸ਼ਤ ਦਿੱਤਾ ਜਾਏਗਾ ਨੈਪੋਲੀਅਨ ਜੰਗ ਦੇ ਮੈਦਾਨ 'ਚ ਘੋੜੇ ਦੀ ਕਾਠੀ ਤੇ ਬਹਿ ਕੇ ਹਰ ਰੋਜ਼ ਆਪਣੀ ਪ੍ਰੇਮਿਕਾ ਜੋਸਫੀਨ ਨੂੰ ਖੱਤ ਲਿਖਿਆ ਕਰਦਾ ਸੀ ਕਿ ਅਸੀਂ ਨੈਪੋਲੀਅਨ ਨਾਲੋਂ ਵੀ ਵਧੇਰੇ ਰੁੱਝੇ ਹਾਂ ਅਨੇਕਾਂ ਝਗੜੇ ਇਸ ਕਰਕੇ ਨਹੀਂ ਨਿਬੜ ਰਹੇ ਕਿਉਂਕਿ ਜਿਸ ਖੱਤ ਨਾਲ ਉਹ ਨਿਬੜੇ ਜਾ ਸਕਦੇ ਐ ਉਹ ਲਿਖਿਆ ਹੀ ਨਹੀਂ ਜਾ ਰਿਹਾ ਤੁਸੀਂ ਕਿੰਨੇ ਮਹੱਤਵਪੂਰਨ ਹੋ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੇ ਖੱਤ ਲਿਖਦੇ ਹੋ ਤੇ ਤੁਹਾਨੂੰ ਕਿੰਨੇ ਖੱਤ ਆਉਂਦੇ ਐ ਇਹ ਲੇਖ ਤੁਹਾਡੇ ਵੱਲ ਲਿਖਿਆ ਮੇਰਾ ਖੱਤ ਹੈ ਤੁਹਾਡੇ ਖੱਤ ਦੀ ਉਡੀਕ ਰਹੇਗੀ ਧੰਨਵਾਦ